ਕਰੋਨਾ ਨੇ ਪੂਰੀ ਦੁਨੀਆ ਤੇ ਤਰਥੱਲੀ ਮਚਾਈ ਹੋਈ ਹੈ ਤੇ ਜੇਕਰ ਗੱਲ ਕਰੀਏ ਇਟਲੀ ਦੀ ਤਾਂ ਉੱਥੇ ਜਨਤਕ ਥਾਵਾਂ ਤੇ ਜਿੱਥੋਂ ਤੱਕ ਕਿ ਘਰੋਂ ਬਾਹਰ ਨਿਕਲਣ ਤੇ ਵੀ ਸਾਰੇ ਦਿਨ ਵਿੱਚ ਫੇਸ ਮਾਸਕ ਲਾਜ਼ਮੀ ਹੋ ਗਏ ਨੇ ਉੱਥੇ ਹੀ ਇਸ ਨਿਯਮ ਦੀ ਪਾਲਣਾ ਨਾ ਕਰਨ ਤੇ ਹੁਣ 1000 ਯੂਰੋ ਤੱਕ ਦਾ ਭਾਰੀ ਜੁਰਮਾਨਾ ਲੱਗ ਸਕਦਾ ਹੈ ਜੀ ਹਾਂ ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੀਤੇ ਦਿਨੀ ਤੋਂ ਹੀ ਇਹਨਾਂ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਫੈਸਲਾ ਲਿਆ ਤੇ ਹੁਣ ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲਣ ਦੀ ਸੋਚੋਗੇ ਤਾਂ ਤੁਹਾਨੂੰ ਕਿਸੇ ਵੀ ਥਾਂ ਬਾਹਰ ਰਹਿਣ ਤੱਕ ਮਾਸਕ ਲਗਾ ਕੇ ਜ਼ਰੂਰ ਰੱਖਣਾ ਹੋਏਗਾ ਹੁਣ ਤੱਕ ਵੱਧ ਤੋਂ ਵੱਧ ਜੁਰਮਾਨਾ 400 ਯੂਰੋ ਸੀ ਪਰ ਹੁਣ ਇਹ ਜੁਰਮਾਨਾ ਵਧਾ ਕੇ 1000 ਯੂਰੋ ਕੀਤਾ ਜਾ ਚੁੱਕਿਆ ਹੈ ਜਨਤਕ ਸੜਕਾਂ ਤੇ ਲੋਕਾਂ ਨੂੰ ਸੈਰ ਕਰਦੇ ਸਮੇਂ ਹੁਣ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਉੱਥੇ 6 ਸਾਲ ਤੋਂ ਛੋਟੇ ਬੱਚੇ ਤੇ ਫਿਰ ਉਹ ਲੋਕ ਜੋ ਮੈਡੀਕਲ ਕਾਰਨ ਇਹ ਮਾਸਕ ਨਹੀਂ ਪਾ ਸਕਦੇ ਉਹਨਾਂ ਨੂੰ ਜ਼ਰੂਰ ਛੋਟ ਮਿਲੀ ਹੈ